ਮੇਰੇ ਘਰ ਦੇ ਵਿਹੜੇ ਅੰਦਰੋਂ ਖੰਭ ਲਾ ਕੇ ਉੱਡ ਗਈ ਪੰਜਾਬੀ ਮੇਰੇ ਘਰ ਦੇ ਵਿਹੜੇ ਅੰਦਰੋਂ ਖੰਭ ਲਾ ਕੇ ਉੱਡ ਗਈ ਪੰਜਾਬੀ ਲਫ਼ਜ਼ਾਂ ਦੀ ਮੈਂ ਲਾਈ ਕਿਆਰੀ ਲਫ਼ਜ਼ਾਂ ਦੀ ਮੈਂ ਲਾਈ ਕਿਆਰੀ ਹੋ ਗਿਆ ਫਿਰ ਵੀ ਪਿੰਕ ਗੁਲਾਬੀ ਲਫ਼ਜ਼ਾਂ ਦੀ ਮੈਂ ਲਾਈ ਕਿਆਰੀ ਹੋ ਗਿਆ ਫਿਰ ਵੀ ਪਿੰਕ ਗੁਲਾਬੀ ਮਜ਼ਬਾਂ ਦੀ ਹੁਣ ਰੰਗਤ ਚੜ ਗਈ ਮਜ਼ਬਾਂ ਦੀ ਹੁਣ ਰੰਗਤ ਚੜ ਗਈ ਧਰਮਾਂ ਵਾਲਾ ਜ਼ਹਿਰ ਹੋ ਗਿਆ ਸੋਰੀ ਮਜ਼ਬੀ ਹੋ ਗਈ ਵਰਣ ਮਾਲਾ ਵੀ ਮਜ਼ਬੀ ਹੋ ਗਈ ਵਰਣ ਮਾਲਾ ਵੀ ਧਰਮਾਂ ਵਾਲੀ ਰੰਗਤ ਚੜ ਗਈ ਹਿੰਦੂਆਂ ਨੇ ਮਾਂ ਬੋਲੀ ਛੱਡਤੀ ਹਿੰਦੂਆਂ ਨੇ ਮਾਂ ਬੋਲੀ ਛੱਡਤੀ ਸਿੱਖਾਂ ਦੇ ਲਈ ਗੁਰਮੁਖੀ ਬਣ ਗਈ ਫਰਮਾਣਾ ਜੀ ਸਿੱਖਾਂ ਹਿੰਦੂਆਂ ਨੇ ਮਾਂ ਬੋਲੀ ਛੱਡਤੀ ਸਿੱਖਾਂ ਦੇ ਲਈ ਗੁਰਮੁਖੀ ਬਣ ਗਈ ਧਰਮਾਂ ਵਾਲਾ ਜ਼ਹਿਰ ਭਰੋ ਧਰਮਾਂ ਵਾਲਾ ਜ਼ਹਿਰ ਭਰੋ ਨਾ ਪੰਜਾਬੀ ਨੂੰ ਖਤਮ ਕਰੋ ਜੇ ਨਾ ਸੰਭਲੇ ਤਾਂ ਪਛਤਾਵੋਗੇ ਜੇ ਨਾ ਸੰਭਲੇ ਤਾਂ ਪਛਤਾਵੋਗੇ ਬੱਚਿਆਂ ਨੂੰ ਕੀ ਸਮਝਾਵੋਗੇ ਜੰਦਰੇ ਨੂੰ ਫਿਰ ਲੋਕ ਕਹਿਣਗੇ ਇਹ ਸਾਡਾ ਫੋਰਨ ਦਾ ਦੁਕਾਨ ਤੇ ਜੰਦਰੇ ਨੂੰ ਫਿਰ ਲੋਕ ਕਹਿਣਗੇ ਹਾਸੇ ਨੂੰ ਇਹ ਜੋਗ ਕਹਿਣਗੇ ਹਾਸੇ ਨੂੰ ਇਹ ਜੋਗ ਕਹਿਣਗੇ ਅਧੂਰੀ ਜਿਹੀ ਕਵਿਤਾ ਸੀ ਪਰ ਮੈਂ ਸ਼ੇਅਰ ਕਰਨ ਜਾਂਦਾ ਸੀ ਇੱਕ ਨਜ਼ਮ ਛੋਟੀ ਜਿਹੀ ਉਸਦਾ ਉਨਮਾਨ ਹੈ ਸਵਾਲ ਇੱਕ ਨਜ਼ਮ ਦਾ ਹੀ ਸਵਾਲ ਹੈ ਇੱਕ ਰਾਈਟਰ ਨੂੰ ਸੁਲਗ ਰਹੀ ਹੈ ਬੜੇ ਦਿਨਾਂ ਤੋਂ ਸੁਲਗ ਰਹੀ ਹੈ ਬੜੇ ਦਿਨਾਂ ਤੋਂ ਚੁੱਪ ਚੁਪੀਤੀ ਸਹਿਮੀ ਹੋਈ ਨੀਂਦ ਉਦਾਸੇ ਨੈਣਾਂ ਦੇ ਵਿੱਚ ਤਰਲੇ ਪਾਉਂਦੀ ਕੋਈ ਅਰਜਵੀ ਹਰ ਛਿਣ ਹਰ ਪਲ ਕੁਰਲਾਉਂਦੀ ਹੋਈ ਦਿਲ ਆਪਣਾ ਸਮਝਾਉਂਦੀ ਹੋਈ ਸ਼ਬਦੋਂ ਸੱਖਣੀ ਕਰਮਾਂ ਮਾਰੀ ਬੈਠੀ ਹੈ ਇੱਕ ਖੂੰਜੇ ਲੱਗੀ ਜੱਗ ਦੀ ਰੱਬ ਦੀ ਸਭ ਦੀ ਠੱਗੀ ਲੰਘਦਾ ਹਾਂ ਉਹ ਕੋਨਾ ਅਕਸਰ ਲੰਘਦਾ ਹਾਂ ਉਹ ਕੋਨਾ ਅਕਸਰ ਆਪਣੇ ਮਨ ਦਾ ਚੋਰ ਲੁਕਾ ਕੇ ਖਾਲੀ ਉਸਦੀਆਂ ਅੱਖਾਂ ਵਿਚਲੇ ਚੱਲਦੇ ਇੱਕ ਕਸਮਾਨ ਤੋਂ ਡਰਦਾ ਮਨ ਚਾਇਆ ਮੈਂ ਜੀ ਨਹੀਂ ਸਕਦਾ ਅਨ ਚਾਇਆ ਤਾਂ ਰੋਜ਼ ਹੀ ਮੰਨਦਾ ਮਨ ਚਾਇਆ ਮੈਂ ਜੀ ਨਹੀਂ ਸਕਦਾ ਅਨ ਚਾਇਆ ਤਾਂ ਰੋਜ਼ ਹੀ ਮਰਦਾ ਦਿਨ ਚੜ੍ਹਦੇ ਤੇ ਦਿਨ ਢਲਦੇ ਨੂੰ ਇੱਕ ਬੁਝਾਰਤ ਪਾਉਂਦੀ ਮੈਨੂੰ ਰੋਜ਼ ਹੀ ਉਹ ਪਰਤਾਉਂਦੀ ਮੈਨੂੰ ਆਖਿਰ ਕਿਉਂ ਮੈਂ ਸੁਲਗ ਰਹੀ ਚੁੱਪ ਚੁਪੀਤੀ ਸਹਿਮੀ ਹੋਈ ਆਖਿਰ ਕਿਉਂ ਮੈਂ ਧੁੱਖ ਰਹੀ ਹਾਂ ਕਿਉਂ ਮੈਨੂੰ ਆਜ਼ਾਦ ਨਹੀਂ ਕਰਦਾ ਹੋਂਦ ਮੇਰੀ ਆਬਾਦ ਨਹੀਂ ਕਰਦਾ ਧੰਨਵਾਦ।